ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਗਲਿਸ਼ ਦੇ ਦੋ ਲਫਜ਼ ਨੇ, ਇੱਕ ਬੋਆਏ ਔਰ ਦੂਸਰਾ ਮੈਨ। ਇਵੇਂ ਕਹਿ ਲਓ ਇੱਕ ਜਵਾਨ ਯੰਗ ਮੈਨ ਅਤੇ ਦੂਜਾ ਆਦਮੀ। ਆਪਾਂ ਥੋੜ੍ਹਾ ਜਿਹਾ ਏਜਡ ਬੰਦਾ ਹੋਵੇ ਉਹਨੂੰ ਕਹਿ ਦਿੰਦੇ ਹਾਂ ਆਦਮੀ ਹੈ, ਥੋੜ੍ਹਾ ਜਿਹਾ ਘੱਟ ਉਮਰ ਵਾਲਾ ਹੋਵੇ ਉਹਨੂੰ ਆਪਾਂ ਬੱਚਾ ਕਹਿ ਦਿੰਦੇ ਹਾਂ, ਜਵਾਨ ਕਹਿ ਦਿੰਦੇ ਹਾਂ, ਯੰਗ ਮੈਨ ਕਹਿ ਦਿੰਦੇ ਹਾਂ। ਖੈਰ, ਯੰਗ ਮੈਨ ਦਾ ਸੁਭਾਅ ਕੀ ਹੁੰਦਾ ਹੈ? ਉਹਨੇ ਆਪਣੀ ਜਿਹੜੀ ਅੰਦਰ ਦੀ ਭਾਵਨਾ ਹੁੰਦੀ ਉਹਨਾਂ ਨੂੰ ਪ੍ਰਗਟ ਕਰਨਾ ਹੈ, ਔਰ ਉਹਦੀ ਭਾਵਨਾ ਤਕਰੀਬਨ ਜਿਹੜੀ ਹੁੰਦੀ ਹੈ ਨਾ, ਉਹਦੇ ਪਿੱਛੇ ਤਜ਼ਰਬਾ ਘੱਟ ਹੁੰਦਾ ਹੈ ਅਤੇ ਵੇਗ ਜ਼ਿਆਦਾ ਹੁੰਦਾ ਹੈ। ਲਫ਼ਜ਼ ਵਰਤਣ ਲੱਗਾ ਮੈਂ ਖੁੱਲ੍ਹਾ ਜਿਹਾ, ਕੁੜੀਆਂ ਦੇ ਪਿੱਛੇ ਭੱਜਣਾ, ਕਾਲਜਾਂ ਦੇ ਗੇੜੇ ਲਾਉਣੇ, ਪੈਸਾ ਮਾਂ ਬਾਪ ਕੋਲੋਂ ਲੈਣਾ ਅਤੇ ਖਰਚ ਕਰਨਾ, ਔਰ ਵਿਅਰਥ ਦੇ ਅੰਦਰ ਹੀ ਖਰਚ ਕਰਨਾ। ਹੁਣ ਜਿਹੜਾ ਇੱਕ ਬੰਦਾ ਬਣ ਚੁੱਕਾ ਹੈ, ਬੰਦਾ ਮੇਰਾ ਮਤਲਬ ਇਹ ਨਹੀਂ ਕਿ ਉਹਦਾ ਮਨ ਸ਼ੁੱਧ ਹੋ ਜਾਂਦਾ, ਪਰ ਤਕਰੀਬਨ ਜਿਹੜਾ ਬੰਦਾ ਜ਼ਿੰਮੇਵਾਰੀ ਦੀ ਪੰਡ ਦੇ ਬੋਝ ਹੇਠਾਂ ਆ ਜਾਂਦਾ ਹੈ, ਉਹਦਾ ਸਿਰ ਭਾਰ ਦੇ ਹੇਠਾਂ ਆ ਜਾਂਦਾ ਹੈ, ਦੱਬਿਆ ਜਾਂਦਾ ਹੈ, ਫਿਰ ਉਹ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰ ਲੈਂਦਾ ਹੈ। ਕੋਸ਼ ਹੀ ਨਹੀਂ ਰਹਿੰਦੀ ਵੀ ਕੁੜੀਆਂ ਦੇ ਮਗਰ ਕਦੋਂ ਜਾਣਾ ਹੈ, ਕਾਲਜਾਂ ਮਗਰ ਕਦੋਂ ਜਾਣਾ ਹੈ। ਦੂਜੀ ਗੱਲ, ਆਪਣੇ ਘਰ ਵਿੱਚ ਕੁੜੀਆਂ ਜਨਮ ਲੈ ਲੈਂਦੀਆਂ ਨੇ, ਬੱਚੇ ਜਨਮ ਲੈ ਲੈਂਦੇ ਨੇ, ਅਤੇ ਫਿਰ ਉਹ ਕਿਸੇ ਦੀ ਧੀ ਨੂੰ, ਸਿਆਣਾ ਦਾਨਾ ਬੰਦਾ ਕਿਸੇ ਦੀ ਧੀ ਨੂੰ ਵੇਖ ਕੇ ਆਪਣੀ ਧੀ ਚੇਤਾ ਕਰ ਲੈਂਦਾ ਹੈ, ਉਹਨੂੰ ਉਹਦੇ ਵਿੱਚੋਂ ਵੀ ਆਪਣੀ ਧੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਅਤੇ ਜਿੰਨਾ ਚਿਰ ਆਪਣੇ ਘਰ ਧੀ ਦਾ ਜਨਮ ਨਹੀਂ ਹੋਇਆ, ਅਜੇ ਵਿਆਹ ਨਹੀਂ ਹੋਇਆ, ਅਜੇ ਯੰਗ ਹੈ, ਅਜੇ ਬੋਈ ਹੈ, ਉਹਦੇ ਅੰਦਰ ਇਹ ਗੱਲਾਂ ਆਉਣੀਆਂ ਮੁਸ਼ਕਲ ਨੇ, ਆਉਂਦੀਆਂ ਨੇ ਪਰ ਬਹੁਤ ਘੱਟ ਲੋਕਾਂ ਦੇ ਅੰਦਰ। ਨੰਬਰ ਇੱਕ ਦੇ ਉੱਤੇ ਅਗਰ ਕਾਮਯਾਬ ਹੋਣਾ ਚਾਹੁੰਦੇ ਹੋ ਨਾ, ਤਾਂ ਉਮਰ ਤੁਹਾਡੀ ਕਿਹੜੀ ਹੈ, ਉਮਰ ਦੇ ਤਕਾਜੇ ਨੂੰ ਛੱਡ ਕੇ ਆਦਮੀ ਵਾਲਾ ਸੁਭਾਅ, ਯੰਗ ਮੈਨ ਤੋਂ ਛੱਡ ਕੇ ਆਦਮੀ ਵਾਲਾ ਸੁਭਾਅ ਆਪਣਾ ਬਣਾ ਕੇ ਰੱਖਣਾ ਸ਼ੁਰੂ ਕਰੋ। ਨੰਬਰ ਦੋ, ਖਰਚ ਕਰਨਾ ਅਤੇ ਇਨਵੈਸਟ ਕਰਨਾ, ਇਹਨਾਂ ਦੋਵਾਂ ਗੱਲਾਂ ਦੇ ਅੰਦਰ ਬਹੁਤ ਵੱਡਾ ਫਰਕ ਹੈ। ਖਰਚ ਕਰਨਾ, ਕਿਸੇ ਵੀ ਬੰਦੇ ਨੂੰ ਪੈਸਾ ਦਿਓ ਖਰਚ ਕਰ ਦਿੰਦਾ ਹੈ, ਖਰਚ ਕਰਨ ਲੱਗਿਆ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ। ਮੈਂ ਇੱਕ ਦਿਨ ਇੱਕ ਛੋਟੀ ਜਿਹੀ ਗੱਲ ਪੜ੍ਹ ਰਿਹਾ ਸਾਂ ਵੀ ਇੱਕ ਬੱਚਾ ਆਪਣੇ ਬਾਪ ਕੋਲੋਂ ਰੋਜ਼ ਪੈਸੇ ਮੰਗ ਕੇ ਲੈ ਜਾਂਦਾ ਹੈ, ਖਰਚ ਕਰ ਦਿੰਦਾ ਹੈ, ਕੁੜੀਆਂ ਪਿੱਛੇ ਉਜਾੜ ਦਿੰਦਾ ਹੈ, ਹੋਟਲਾਂ ਮੋਟਲਾਂ 'ਤੇ ਉਜਾੜ ਦਿੰਦਾ ਹੈ, ਸੱਜੇ ਖੱਬੇ ਉਜਾੜ ਦਿੰਦਾ ਹੈ, ਪਿਓ ਤੰਗ ਆਇਆ। ਉਹਨੇ ਇੱਕ ਦਿਨ ਇਹ ਗੱਲ ਕਹੀ ਕਿ ਬੇਟਾ ਮੈਨੂੰ 100 ਰੁਪਈਆ ਲਿਆ ਕੇ ਦੇ ਅਤੇ ਮੈਂ ਤੈਨੂੰ 10,000 ਮੰਗਦਾ 10,000 ਦਿਆਂਗਾ, 20,000 ਮੰਗਦਾ 20,000 ਦਿਆਂਗਾ, ਪਰ ਮੈਨੂੰ 100 ਰੁਪਈਆ ਲਿਆ ਕੇ ਦੇ। ਉਹ ਕਹਿੰਦਾ ਇਹ ਕੋਈ ਵੱਡੀ ਗੱਲ ਹੀ ਨਹੀਂ। ਉਹ ਗਿਆ ਔਰ ਉਹ ਆਪਣੇ ਫਰੈਂਡ ਕੋਲ ਗਿਆ ਵੀ ਮੈਨੂੰ 100 ਰੁਪਈਆ ਚਾਹੀਦਾ। ਅੱਛਾ, ਫਰੈਂਡ ਨੇ 100 ਦਿੱਤਾ, ਉਹਨੇ ਲਿਆ ਕੇ ਪਿਓ ਨੂੰ ਦਿੱਤਾ, ਪਿਓ ਨੇ ਫੜ ਕੇ ਨਾ ਉਹ 100 ਰੁਪਈਆ ਪਾੜ ਦਿੱਤਾ। ਬੜਾ ਦੁੱਖ ਨਹੀਂ ਹੋਇਆ, ਥੋੜ੍ਹਾ ਜਿਹਾ ਔਖਾ ਹੋਇਆ, ਮੈਂ ਫਰੈਂਡ ਕੋਲੋਂ ਮੰਗ ਕੇ ਲਿਆਇਆ ਅਤੇ ਪਿਓ ਨੇ ਕੱਢ ਕੇ 100 ਦੇ ਦਿੱਤਾ ਵੀ ਲੈ ਆਪਣੇ ਫਰੈਂਡ ਨੂੰ ਦੇ ਦੀ, ਉਹਦਾ ਅਹਿਸਾਨ ਸਾਡੇ ਸਿਰ 'ਤੇ ਨਾ ਰਹਿ। ਉਹਨੇ ਕਿਹਾ ਵੀ 100 ਰੁਪਈਆ ਕਮਾ ਕੇ ਲਿਆ। ਹੁਣ ਉਹ ਫਿਰ ਗਿਆ, ਉਹਨੇ ਫਿਰ ਜਾ ਕੇ ਕਿਸੇ ਨਾ ਕਿਸੇ ਰਿਸ਼ਤੇਦਾਰ ਸੱਜਣ ਮਿੱਤਰ ਕੋਲੋਂ ਮੰਗਿਆ ਅਤੇ ਲਿਆ ਕੇ ਦਿੱਤਾ, ਪਿਓ ਨੇ ਫਿਰ ਫੜ ਕੇ ਪਾੜਿਆ। ਉਹ ਫਿਰ ਦੁਖੀ ਹੋਇਆ, ਪਿਓ ਨੇ 100 ਉਲਟਾ ਕਰ ਦਿੱਤਾ ਵੀ ਮੈਂ ਜੇਬ ਵਿੱਚੋਂ ਦੇਣਾ ਵਾਲੇ 100 ਜਿੱਤੋਂ ਲਿਆਂਦਾ ਸੀ ਉਹਨੂੰ ਮੋੜ ਦੇ। ਚਲੋ ਚਲਾ ਗਿਆ, ਬਹੁਤਾ ਦੁਖੀ ਨਾ ਹੋਇਆ। ਉਹਨੇ ਨਾ ਇੱਕ ਸਿਆਣੇ ਬੰਦੇ ਦੇ ਕੋਲ, ਆਪਣੇ ਅੰਕਲ ਦੇ ਕੋਲ ਜਿਹੜਾ ਉਹਦੇ ਪਿਓ ਦਾ ਦੋਸਤ ਸੀ, ਉਹਦੇ ਕੋਲ ਗੱਲ ਕੀਤੀ ਵੀ ਮੇਰਾ ਪਿਓ ਰੋਜ਼ ਇੱਕ ਗੱਲ ਕਹਿੰਦਾ ਵੀ 100 ਰੁਪਈਆ ਕਮਾ ਕੇ ਲਿਆ ਤਾਂ ਮੈਂ ਤੈਨੂੰ 20,000 ਮੰਗਦਾ ਹੈ, 20 ਦਾ 20 ਦਿਆਂਗਾ, ਲੇਟ ਨਹੀਂ ਕਰਾਂਗਾ, ਦੇਰੀ ਨਹੀਂ ਕਰਾਂਗਾ। ਇਹਦਾ ਮਤਲਬ ਨਹੀਂ ਮੈਨੂੰ ਸਮਝ ਆਇਆ, ਮੈਂ 100 ਰੁਪਈਆ ਲਿਜਾ ਕੇ ਦਿੰਦਾ ਰਿਹਾ, ਪਿਓ ਮੇਰਾ ਫੜ ਕੇ ਅਤੇ ਉਹਨੂੰ ਪਾੜ ਦਿੰਦਾ। ਉਸ ਅੰਕਲ ਨੇ ਨਾ ਗੱਲ ਸਮਝਾਈ, ਪਿਤਾ ਦੇ ਫਰੈਂਡ ਨੇ ਗੱਲ ਸਮਝਾਈ।
ਉਹ ਕਹਿੰਦਾ ਹੈ ਤੇਰੇ ਪਿਓ ਦੇ ਕਹਿਣ ਦਾ ਮਤਲਬ, ਕਹਿਣ ਦਾ ਮਕਸਦ ਇਹ ਹੈ ਵੀ ਆਪਣੀ ਮਿਹਨਤ ਕਰਕੇ ਕਮਾ, ਜਿਹੜਾ ਮਿਹਨਤ ਦੇ ਨਾਲ ਕਮਾ ਕੇ ਲਿਆਏਗਾ ਨਾ, ਉਸ ਦਿਨ ਪਿਤਾ ਦੀ ਤਲੀ 'ਤੇ ਜਦੋਂ ਜਾ ਕੇ 100 ਰੱਖੇਗਾ ਨਾ, ਫਿਰ ਉਹਦੀ ਕੀਮਤ ਤੇਰੇ ਪਿਤਾ ਨੂੰ ਪਤਾ ਲੱਗੇਗੀ, ਤੈਨੂੰ ਵੀ ਪਤਾ ਲੱਗੇਗੀ। ਅੱਛਾ, ਉਹਨੇ ਕਿਹਾ ਅੰਕਲ ਕੋਈ ਕੰਮ? ਉਹਨੇ ਹੁਣ ਕੰਮ ਲੱਭਣਾ ਸ਼ੁਰੂ ਕੀਤਾ। ਉਹ ਕੰਮ ਲੱਭਦਿਆਂ ਲੱਭਦਿਆਂ ਕੋਈ ਇਸ ਤਰ੍ਹਾਂ ਦਾ ਕੰਮ ਲੱਭ ਗਿਆ ਵੀ ਵਜਨ ਵਾਲਾ ਕੰਮ ਸੀ, ਉਹਨੇ ਭਾਰ ਚੁੱਕਣਾ, ਇੱਥੋਂ ਚੁੱਕ ਉੱਥੇ ਰੱਖ, ਉੱਥੋਂ ਚੁੱਕ ਉੱਥੇ ਰੱਖ, ਕੋਈ ਵੀ ਕੰਮ ਗਿਣ ਲਓ, ਭਾਰਾ ਹੌਲਾ ਕੰਮ ਕੋਈ ਵੀ ਗਿਣ ਲਓ। ਕੰਮ ਕਦੇ ਕੀਤਾ ਨਹੀਂ ਸੀ, ਪਿਓ ਦੇ ਪੈਸੇ ਉੱਤੇ ਪਲਿਆ ਸੀ, ਖਰਚ ਕਰਨਾ ਜਾਣਦਾ ਸੀ, ਔਰ ਇਹ ਨਹੀਂ ਸੀ ਦੁੱਖ ਹੁੰਦਾ ਵੀ ਮੈਂ ਖਰਚ ਕਰ ਰਿਹਾ ਅਤੇ ਜਿਹਦੇ ਕੋਲੋਂ ਲੈ ਕੇ ਕਰ ਰਿਹਾ ਵੀ ਉਹਨੇ ਕਿਵੇਂ ਕਮਾਏ ਹੋਣਗੇ। ਖੈਰ, ਸ਼ਾਮ ਨੂੰ ਉਹਨੂੰ 100 ਰੁਪਈਆ ਮਿਲਿਆ, ਅੰਕਲ ਨੇ 100 ਰੁਪਈਆ ਉਹਦੇ ਨੇ ਦਿੱਤਾ। ਉਹ 100 ਰੁਪਈਆ ਜਦੋਂ ਜਾ ਕੇ ਦਿੱਤਾ ਨਾ, ਤਾਂ ਉਹ ਪਿਓ ਨੇ ਫੜ ਕੇ 100 ਰੁਪਈਆ ਪਾੜਨਾ ਹੀ ਸ਼ੁਰੂ ਕੀਤਾ ਲੈ, ਅਤੇ ਉਹਨੇ ਪਿਓ ਦੇ ਦੋਵੇਂ ਹੱਥ ਫੜ ਲਏ। ਆਂਦਾ ਪਿਤਾ ਜੀ ਨਾ ਪਾੜਿਓ। ਉਹ ਕਹਿਣ ਲੱਗਾ ਪੁੱਤ ਗੱਲ ਕੀ? ਉਹ ਕਹਿੰਦਾ ਮੇਰੇ ਹੱਥਾਂ ਵੱਲ ਵੇਖੋ, ਛਾਲੇ ਪੈ ਗਏ ਨੇ, ਸਵੇਰ ਤੋਂ ਲੱਗਾ ਵਜਨ ਚੁੱਕ ਚੁੱਕ ਕੇ, ਮੈਂ ਗੱਡੀਆਂ ਲੋਡ ਕਰਦਾ ਰਿਹਾ, ਆਹ ਕੰਮ ਕਰਦਾ ਰਿਹਾ, ਉਹ ਕੰਮ ਕਰਦਾ ਰਿਹਾ, ਮੇਰੇ ਸਾਰੇ ਦਿਨ ਦੀ ਮਿਹਨਤ ਹੈ, ਮੇਰੀ ਕਮਰ ਟੁੱਟ ਗਈ ਹੈ, ਮੈਂ ਖਾਧਾ ਨਹੀਂ, ਤੁਹਾਡੇ 100 ਰੁਪਈਏ ਦੀ ਅੜੀ ਪਿੱਛੇ ਵੀ 100 ਰੁਪਈਆ ਬਾਪੂ ਨੇ ਮੰਗਿਆ, ਮੈਂ ਲਿਜਾ ਕੇ ਦੇਣਾ ਹੈ। ਬਾਪੂ ਨੇ ਨਾ 20,000 ਕੱਢ ਕੇ ਪੁੱਤ ਦੀ ਤਲੀ 'ਤੇ ਰੱਖਿਆ। ਉਹ ਕਹਿਣ ਲੱਗਾ ਬੇਟਾ, ਮੈਂ ਸਮਝਾਉਣਾ ਹੀ ਚਾਹੁੰਦਾ ਸਾਂ ਵੀ ਪੈਸਾ ਕਮਾਇਆ ਬੜਾ ਔਖਾ ਜਾਂਦਾ ਹੈ, ਇਹਨੂੰ ਖਰਚ ਕਰਨਾ ਬੜਾ ਸੌਖਾ ਹੁੰਦਾ, ਅਤੇ ਪੁੱਤ ਨੇ ਵੀ 20 ਦਾ 20 ਫੜ ਕੇ ਨਾ ਪਿਓ ਦੀ ਤਲੀ 'ਤੇ ਰੱਖ ਦਿੱਤਾ। ਉਹਦਾ ਪਿਤਾ ਜੀ, ਜੋ ਤੁਸੀਂ ਮੈਨੂੰ ਵਾਰ ਵਾਰ ਕਹਿੰਦੇ ਰਹੇ, ਵਾਰ ਵਾਰ ਕਹਿੰਦੇ ਰਹੇ, ਉਹ ਮੇਰੀ ਸਮਝ 'ਚ ਨਹੀਂ ਆਇਆ, ਪਰ ਅੱਜ ਜਿਹੜਾ ਤਰੀਕਾ ਬਣਾ ਕੇ ਤੁਸੀਂ ਮੈਨੂੰ ਸਮਝਾਉਣ ਦਾ ਯਤਨ ਕੀਤਾ ਨਾ, ਅੱਜ ਇਹ ਗੱਲ ਮੇਰੇ ਅੰਦਰ ਫੀਡ ਹੋ ਗਈ ਹੈ ਵੀ ਪੈਸਾ ਕਮਾਉਣਾ ਬਹੁਤ ਔਖਾ ਹੈ, ਇਹਨੂੰ ਖਰਚ ਕਰਨਾ ਬੜਾ ਸੌਖਾ ਹੈ। ਉਹ ਪੈਸਾ ਪਿਓ ਕੋਲੋਂ ਮਿਲੇ, ਮਾਂ ਕੋਲੋਂ ਮਿਲੇ, ਵੱਡੀਆਂ ਭੈਣਾਂ ਭਾਈਆਂ ਕੋਲੋਂ ਮਿਲੇ, ਖਰਚ ਕਰਨ ਦਾ ਕੀ? ਪਾਗਲ ਬੰਦਾ ਵੀ ਖਰਚ ਕਰ ਦਿੰਦਾ ਹੈ, ਖਰਚ ਕਰਨ ਲੱਗਿਆ ਦੁੱਖ ਨਹੀਂ, ਪਰ ਜਿਸ ਦਿਨ ਕਮਾਓਗੇ ਫਿਰ ਖਰਚ ਕਰੋਗੇ, ਫਿਰ ਉਹ ਸਾਰੀ ਪਿਕਚਰ ਸਾਹਮਣੇ ਆਉਂਦੀ ਵੀ ਭੁੱਖਾ ਰਿਹਾ, ਪਿਆਸਾ ਰਿਹਾ, ਮਿਹਨਤ ਕੀਤੀ, ਕਿੰਨੀ ਜ਼ਿਆਦਾ ਕੀਤੀ, ਵੀ ਉਹ 100 ਰੁਪਈਏ ਦੀ ਕੀਮਤ ਤੁਹਾਨੂੰ ਉਸ ਦਿਨ ਪਤਾ ਲੱਗੇਗੀ। ਨੰਬਰ 2 ਦੇ ਉੱਤੇ ਜਿਹੜੀ ਮੈਂ ਗੱਲ ਕਰ ਰਿਹਾ ਸਾਂ ਵੀ ਖਰਚ ਕਰਨ ਦੀ ਆਦਤ ਨੂੰ ਘਟਾਓ ਜੇ ਕਾਮਯਾਬੀ ਚਾਹੁੰਦੇ ਹੋ, ਅਤੇ ਕਮਾਓ ਅਤੇ ਕਮਾਉਣ ਤੋਂ ਬਾਅਦ ਖਰਚ ਕਰੋ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਖਰਚ ਕਰਨਾ ਕਿਵੇਂ ਹੈ। ਨੰਬਰ 3 ਦੇ ਉੱਤੇ, ਮਜ਼ਾਕ ਵਿੱਚੋਂ ਨਿਕਲ ਕੇ, ਮਜ਼ਾਕੀਆ ਲਹਿਜੇ ਵਿੱਚੋਂ ਨਿਕਲ ਕੇ, ਮੇਰਾ ਮਤਲਬ ਇਹ ਨਹੀਂ ਹੈ ਕਿ ਉਦਾਸੀ ਵਿੱਚ ਰਹੋ, ਝੂਰਦੇ ਰਹੋ, ਹੋ ਕੇ ਭਰਦੇ ਰਹੋ, ਨਹੀਂ, ਉਹ ਤਾਂ ਇੱਕ ਬਿਮਾਰੀ ਹੈ, ਉਹ ਨਹੀਂ, ਪਰ ਇਸ ਮਜ਼ਾਕੀਆ ਲਹਿਜੇ ਵਿੱਚੋਂ ਨਿਕਲ ਕੇ ਵੀ ਵੇਖੀ ਜਾਏਗੀ, ਕਰ ਲਵਾਂਗੇ, ਬੜਾ ਟਾਈਮ ਪਿਆ, ਹੁਣੇ ਜਾਵਾਂਗਾ, ਕੱਲ੍ਹ ਜਾਵਾਂਗਾ, ਪਰਸੋਂ ਜਾਵਾਂਗਾ, ਇੱਦਾਂ ਦੀਆਂ ਗੱਲਾਂ ਨੂੰ ਛੱਡ ਕੇ ਆਪਣੇ ਕੰਮ ਨੂੰ ਥੋੜ੍ਹਾ ਜਿਹਾ ਸੀਰੀਅਸ ਲੈਣਾ ਸ਼ੁਰੂ ਕਰੋ, ਸੀਰੀਅਸ ਹੋ ਕੇ ਸੋਚਣਾ ਸ਼ੁਰੂ ਕਰੋ, ਸੀਰੀਅਸ ਲੈਣਾ ਸ਼ੁਰੂ ਕਰੋ, ਤੁਹਾਡੀ ਕਾਮਯਾਬੀ ਤੁਹਾਡੇ ਦਰਵਾਜ਼ੇ ਦੇ ਉੱਤੇ ਤੁਹਾਡਾ ਰਾਹ ਉਡੀਕਦੀ ਹੈ, ਤੁਸੀਂ ਦਰਵਾਜ਼ਾ ਖੋਲ੍ਹਣ ਦੀ ਤੁਹਾਡੀ ਟੇਲੇ ਕਾਮਯਾਬੀ ਖਲੋਤੀ ਮਿਲੇਗੀ। ਨੰਬਰ 4 ਦੇ ਉੱਤੇ ਇਹਨਾਂ ਸਮੇਂ ਦੀ ਕੀਮਤ, ਪੜ੍ਹਨ ਵਾਲਾ ਸਮਾਂ ਹੈ ਪੜ੍ਹੋ, ਖਾਣ ਵਾਲਾ ਸਮਾਂ ਹੈ ਖਾਓ, ਸੌਣ ਵਾਲਾ ਸਮਾਂ ਹੈ ਸਮੋ, ਐਕਸਰਸਾਈਜ਼ ਦਾ ਸਮਾਂ ਹੈ ਉਹ ਕਰੋ, ਅਤੇ ਕਮਾਉਣ ਦਾ ਸਮਾਂ ਉਹਨੂੰ ਵਿਅਰਥ ਨਾ ਗਵਾਓ, ਹਾਸੇ ਮਜ਼ਾਕ ਦੇ ਅੰਦਰ ਨਾ ਗਵਾਓ, ਉਦੋਂ ਕਮਾਉਣਾ ਸ਼ੁਰੂ ਕਰੋ। ਸਮੇਂ ਦੀ ਕੀਮਤ ਨੂੰ ਪਛਾਣੋ, ਸਮੇਂ ਦੀ ਤਨਜ਼ ਨੂੰ ਪਛਾਣੋ, ਨਬਜ਼ ਨੂੰ ਪਛਾਣੋ, ਤਾਂ ਕਿ ਤੁਸੀਂ ਸਕਸੈਸ ਹੋ ਸਕੋ। ਆਪਣੇ ਬੱਚਿਆਂ ਨੂੰ ਸਮਝਾਓ, ਆਪਣੇ ਆਪ ਨੂੰ ਸਮਝਾਓ, ਕਾਮਯਾਬੀ ਤੁਹਾਡੇ ਨਾਲ ਹੋ ਕੇ ਤੁਰਨ ਲਈ ਤਿਆਰ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ।